ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸਰਕਾਰੀ ਤੌਰ ਤੇ ਕਣਕ ਦੀ ਖਰੀਦ ਦੇ ਹੁਕਮ ਜਾਰੀ ਕਰਨ ਦੇ ਬਾਵਜੂਦ 16 ਦਿਨ ਬਾਅਦ ਵੀ ਸਰਹੰਦੀ ਖੇਤਰ ਦਿਨਾਨਗਰ ਦੀ ਦਾਣਾ ਮੰਡੀ ਅਵਾਖਾਂ ਵਿਖੇ ਸਰਕਾਰ ਵੱਲੋਂ ਕੋਈ ਵੀ ਪੁਖਤਾ ਪ੍ਰਬੰਧ ਕੀਤਾ ਨਜ਼ਰ ਨਹੀਂ ਆਇਆ। ਦਾਣਾ ਮੰਡੀ ਵਿੱਚ ਨਾ ਥੜੇ ਦੀ ਸਫਾਈ, ਨਾ ਕਿਸਾਨਾਂ ਲਈ ਪੀਣ ਵਾਲਾ ਪਾਣੀ, ਨਾ ਕਿਸਾਨਾਂ ਲਈ ਬਾਥਰੂਮ ਦਾ ਕੋਈ ਪ੍ਰਬੰਧ ਅਤੇ ਮੰਡੀਆਂ ਦੀਆਂ ਸੜਕਾਂ ਦੀ ਹਾਲਤ ਖਸਤਾ ਅਤੇ ਮੁੱਖ ਗੇਟਾਂ ਦੇ ਵੀ ਕਾਫੀ ਗੰਦਗੀ ਦੇ ਢੇਰ ਤੋਂ ਇਲਾਵਾ ਲੋਕਾਂ ਨੂੰ ਪਸ਼ੂ ਵੀ ਦਿਖਾਈ ਦਿੱਤੇ। ਅਜੇ ਤੱਕ ਕੋਈ ਪ੍ਰਬੰਧ ਹੀ ਨਹੀਂ ਤੇ ਨਾ ਕੋਈ ਪਾਣੀ ਪੀਣ ਦਾ, ਬਾਕੀ ਗੰਦ ਬੜਾ ਮੁਸ਼ਕ ਬੜੀ ਆ ਰਹੀ ਆ। ਅਜੇ ਤੱਕ ਮੈਨੂੰ ਕੋਈ ਪ੍ਰਬੰਧ ਨਹੀਂ ਲੱਗਾ ਕਿ ਕੋਈ ਆਣ ਕੇ ਆਖੇਗਾ ਵੀ ਦਾਣੇ ਤੁਲਣੇ ਜਾਂ ਗਾਣੇ ਦਾਣੇ ਖਾਣੇ ਆ, ਕਿੱਥੇ ਆਇਆ ਕਿੱਥੇ ਨਹੀਂ ਆਇਆ, ਅਜੇ ਕੋਈ ਪ੍ਰਬੰਧ ਨਹੀਂ। ਅਤੇ ਅਜੇ ਤੱਕ 16 ਤਰੀਕ ਹੋ ਗਈ ਹੈ, ਅਜੇ ਤੱਕ ਕੋਈ ਪ੍ਰਬੰਧ ਨਹੀਂ, ਚੰਗੇ ਪ੍ਰਬੰਧ ਹੈ ਨਹੀਂ ਗੇ ਕੋਈ ਵੀ ਇੱਥੇ, ਅਜੇ ਪਾਣੀ ਪੂਣੀ ਦਾ ਕੋਈ ਇੰਤਜ਼ਾਮ ਨਹੀਂ ਗਾ ਅਤੇ ਫੜਾਂ ਵੀ ਸਾਫ਼ ਨਹੀਂ ਹੈ, ਸਾਰੇ ਇੱਦਾਂ ਹੀ ਅਜੇ ਕੰਮ ਅਧੂਰਾ ਹੀ ਪਿਆ ਸਾਰਾ ਹੀ ਅਜੇ ਕੰਮ। ਇਹਦੇ ਵਿੱਚ ਵਾਟਰ ਕੂਲਰ ਜਿਹੜੇ ਠੰਡੇ ਪਾਣੀ ਵਾਲੇ ਉਹ ਅਸੀਂ ਸਾਰੇ ਚਾਲੂ ਕੀਤੇ ਹੋਏ ਨੇ ਅਤੇ ਅਰਾਈਵਲ ਜਿਹੜੀ ਉਹ ਜਮ੍ਹਾਂ ਹੀ ਨਿੱਲ ਹੈਗੀ ਆ ਅਜੇ, ਜਿਹੜੇ ਕਣਕ ਦੀ ਆਮਦ ਜਿਹੜੀ ਆ ਉਹ ਆਉਣੀ ਸ਼ੁਰੂ ਨਹੀਂ ਹੋਈ ਅਤੇ ਜੇ ਕੋਈ ਨਿੱਕੀ ਮੋਟੀ ਕੋਈ ਕਮੀ ਜਿਹੜੀ ਦਰਜ ਹੋਈ ਤੁਸੀਂ ਸਾਡੇ ਨਾਲ ਚ ਲਿਆਂਦੀ ਆ, ਅਸੀਂ ਉਹ ਵੀ ਦੂਰ ਕਰਵਾ ਦਿੰਦੇ ਹਾਂ। ਦੀਨਾਨਗਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਚੈਨਲ 2।